ਜੋਤੀ ਨੂਰਾਂ ਦਾ ਆਪਣੇ ਪਤੀ ਕੁਨਾਲ ਪਾਸੀ ਨਾਲ ਚੱਲ ਰਿਹਾ ਝਗੜਾ ਫਿਰ ਸੁਰਖੀਆਂ ਚ ਆ ਗਿਆ, ਕਿਉਂਕਿ ਇੱਕ ਵਾਰ ਫਿਰ ਤੋਂ ਦੋਵੇਂ ਥਾਣੇ ਪਹੁੰਚੇ ਨੇ ਤੇ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਕਰ ਰਹੇ ਨੇ, ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾ ਰਹੇ ਨੇ ਦੋਵੇਂ। ਜਿੱਥੇ ਇੱਕ ਪਾਸੇ ਤਾਂ ਜੋਤੀ ਨੂਰਾਂ ਦਾ ਕਹਿਣਾ ਹੈ ਕਿ ਪਤੀ ਕੁਨਾਲ ਦੇ ਵੱਲੋਂ ਪਹਿਲਾਂ ਉਸਨੂੰ ਵਟਸਐਪ ਕਾਲ ਕੀਤੀ ਜਾਂਦੀ ਹੈ ਤੇ ਧਮਕਾਇਆ ਜਾਂਦਾ ਹੈ ਕਿ ਕੱਲਿਆਂ ਚ ਆ ਕੇ ਮਿਲ, ਨਹੀਂ ਤਾਂ ਅਸ਼ਲੀਲ ਵੀਡੀਓ ਵਾਇਰਲ ਕਰ ਦੇਵਾਂਗੇ। ਦੂਜੇ ਪਾਸੇ ਜੋਤੀ ਨੂਰਾਂ ਦੇ ਪਤੀ ਕੁਨਾਲ ਪਾਸੀ ਨੇ ਇਲਜ਼ਾਮ ਲਗਾਏ ਨੇ ਕਿ ਦੇਰ ਰਾਤ ਉਸਦੀ ਗੱਡੀ ਦਾ ਪਿੱਛਾ ਕੀਤਾ ਗਿਆ ਹੈ, ਉਸਨੂੰ ਘੇਰਿਆ ਗਿਆ ਤੇ ਉਸ ਤੇ ਹਮਲਾ ਕੀਤਾ ਗਿਆ। ਦੋਨੋਂ ਹੀ ਆਪੋ ਆਪਣੀ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਤੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦੱਸ ਦੇ ਕਿ ਕੁਝ ਦਿਨ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਜੋਤੀ ਨੂਰਾਂ ਦੀ ਗੱਡੀ ਤੇ ਹਮਲਾ ਹੋਇਆ ਸੀ ਅਤੇ ਇਲਜ਼ਾਮ ਪਤੀ ਕੁਨਾਲ ਪਾਸੀ ਤੇ ਲੱਗੇ ਸਨ, ਤਾਂ ਹੁਣ ਇੱਕ ਵਾਰ ਫਿਰ ਤੋਂ ਦੋਨਾਂ ਦਾ ਝਗੜਾ ਤੂਲ ਪੜਦਾ ਜਾ ਰਿਹਾ ਹੈ ਤੇ ਦੋਵੇਂ ਮੁੜ ਤੋਂ ਥਾਣੇ ਪਹੁੰਚੇ ਨੇ, ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾ ਰਹੇ ਨੇ। ਜੋਤੀ ਨੂਰਾਂ ਦਾ ਕਹਿਣਾ ਹੈ ਕਿ ਉਸਨੂੰ ਵਟਸਐਪ ਤੇ ਕਾਲ ਆਈ ਸੀ ਪਤੀ ਕੁਨਾਲ ਦੀ ਤੇ ਜਦੋਂ ਉਸਨੇ ਕਾਲ ਪਿੱਕ ਕੀਤੀ ਤਾਂ ਉਸਨੇ ਧਮਕਾਇਆ ਹੈ ਕਿ ਜੇਕਰ ਕੱਲਿਆਂ ਚ ਆ ਕੇ ਨਾ ਮਿਲੀ ਤਾਂ ਉਸਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਜਾਏਗੀ। ਤੇ ਜਦੋਂ ਹੀ ਜੋਤੀ ਨੂਰਾਂ ਆਪਣੇ ਪਤੀ ਨੂੰ ਇਕੱਲੀ ਮਿਲਣ ਪਹੁੰਚੀ ਤਾਂ ਉਸਦਾ ਕਹਿਣਾ ਹੈ ਕਿ ਉੱਥੇ ਹੋਰ ਲੋਕ ਵੀ ਮੌਜੂਦ ਸਨ ਜੋ ਉਸ ਨਾਲ ਛੇੜਛਾੜ ਕਰਨ ਲੱਗੇ। ਇਸੇ ਦੀ ਹੀ ਸ਼ਿਕਾਇਤ ਜੋਤੀ ਨੂਰਾਂ ਦੇ ਵੱਲੋਂ ਦਰਜ ਕਰਵਾਈ ਗਈ ਹੈ। ਜਦਕਿ ਉਸਦੇ ਪਤੀ ਕੁਨਾਲ ਪਾਸੀ ਦਾ ਕਹਿਣਾ ਹੈ ਕਿ ਜਦੋਂ ਉਹ ਜਲੰਧਰ ਦੇ ਬੇਦੀਪੁਰ ਫਾਟਕ ਦੇ ਕੋਲ ਪਹੁੰਚਿਆ ਤਾਂ ਦੋ ਗੱਡੀਆਂ ਉਸਦਾ ਪਿੱਛਾ ਕਰ ਰਹੀਆਂ ਸਨ ਅਤੇ ਉਸਨੂੰ ਟੱਕਰ ਵੀ ਮਾਰੀ ਗਈ ਤੇ ਜਦੋਂ ਉਸਨੇ ਗੱਡੀ ਰੋਕੀ ਤਾਂ ਉਸਤੇ ਹਮਲਾ ਵੀ ਕੀਤਾ ਗਿਆ। ਫਿਲਹਾਲ ਪੁਲਿਸ ਦੋਨਾਂ ਦੀ ਸ਼ਿਕਾਇਤ ਦਰਜ ਕਰ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਗੱਲ ਕੁਛ ਨਹੀਂ, ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁਤ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ ਵਟਸਐਪ ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੇਲ ਬਹੁਤ ਕਰਦਾ ਪਿਆ ਸੀਗਾ ਤੇ ਫਿਰ ਮੈਂ ਇਹਨੂੰ ਅੱਜ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਹਨੇ ਬੁਲਾਇਆ ਨਾ ਆਪਾਂ ਤੇ ਇਹਨੇ ਬੁਲਾਇਆ ਫੋਨ ਕਰਕੇ ਨਾ ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਉਤੋਂ ਇਹ ਵਟਸਐਪ ਕੋਲ ਆ ਕੇ ਸਾਨੂੰ ਜਦੋਂ ਫੋਨ ਕਰਦੇ ਵਟਸਐਪ ਕੋਲ ਲਗਾਉਂਦਾ ਸੀਗਾ ਤੇ ਕਦੀ ਸਨੈਪਚੈਟ ਤੇ ਕੋਲ ਲਗਾਉਂਦਾ ਸੀਗਾ ਕਦੀ ਸਨੈਪਚੈਟ ਤੇ ਕਦੀ ਵਟਸਐਪ ਕੋਲ ਲਗਾਉਂਦਾ ਸੀਗਾ ਇਹ ਕਿ ਮੇਰੇ ਕੋਲ ਤੁਹਾਡੇ ਕੋਈ ਪ੍ਰੂਫ ਆ ਮੈਂ ਮੀਡੀਆ 'ਚ ਦੇਣੇ ਆ ਜਾਂ ਇੱਦਾਂ ਕਰ ਦੇਣੀ ਉੱਦਾਂ ਕਰ ਦੇਣੀ ਆ ਮਤਲਬ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾ ਇਹਨੇ ਕਿਹਾ ਕਿ ਕਹਿੰਦਾ ਮੈਂ ਲਿੱਦੜਾ ਪੁਲਿਸ ਤੇ ਖੜਾ ਤੁਸੀਂ ਉੱਥੇ ਆਓ ਤੇ ਉੱਥੇ ਜੋਤੀ ਜੀ ਗਏ ਮੈਨੂੰ ਦੱਸਿਆ ਨਹੀਂ ਘਰੋਂ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬਦਤਮੀਜ਼ੀ ਕਰਨ ਲੱਗ ਪਿਆ ਇਹ ਤੇ ਨਾਲੇ ਦੇ ਚਾਰ ਮੁੰਡੇ ਸੀ ਹੋਰ ਆਲਟੋ ਗੱਡੀ 'ਚ ਇਹ ਨਹੀਂ ਪਤਾ ਸਾਨੂੰ ਕੌਣ ਸੀਗੇ ਅਣਪਛਾਤੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਗਿਆ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ ਤੇ ਇਹਦੀ ਗੱਡੀ ਦਾ ਵੇਰਕਾ ਮੈਨੂੰ ਘੁੰਮਾਉਣ ਦੇ ਲੱਗ ਗਿਆ ਟਾਇਰ ਪੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪੜ ਗਿਆ ਮੁੜ ਕੇ ਪਠਾਨਕੋਟ ਚੌਂਕ ਲੱਗ ਗਿਆ ਇਹਦੀ ਗੱਡੀ ਰੋਕ ਲਈ ਇਹਨੇ ਆਪੇ ਜੋ ਟਾਇਰ ਪੱਟਾ ਗੱਡੀ ਚੱਲੀ ਨਹੀਂ ਟਾਇਰ ਪੱਟੇ ਦੀ ਗੱਡੀ ਚਲਾਉਂਦਾ ਰਿਹਾ ਹੈ ਤੇ ਟਾਇਰ ਪੱਟੇ ਦੀ ਉਹ ਗੱਡੀ ਨੇ ਰੋਕੀ ਆ ਸਾਡੇ ਮੁੰਡੇ ਨੇ ਬੈਂਸ ਆਏ ਹੱਥੋਂ ਪਈ ਉਹਨਾਂ ਥੱਲੇ ਦੰਦੀਆਂ ਵੀ ਵੱਡੀਆਂ ਮੁੰਡੇ ਦੇ ਨੇ ਠੀਕ ਆ ਇਹਦੇ ਇਹਨੇ ਕਿਰਪਾਨ ਵੀ ਕੱਢ ਕੇ ਮਾਰੀ ਸਾਡੇ ਮੁੰਡੇ ਦੇ ਫਿਰ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਥਾਣੇ ਲੈ ਕੇ ਇੱਕ ਨੰਬਰ ਅਸੀਂ ਲਿਜਾਣਾ ਸੀਗਾ ਰਾਮਾ ਮੰਡੀ ਥਾਣੇ ਮੁੰਡੇ ਨੂੰ ਪਤਾ ਨਹੀਂ ਸੀਗਾ ਉਹ ਇੱਕ ਨੰਬਰ ਥਾਣੇ ਲੈ ਕੇ ਜੋਤੀ ਜੀ ਮੇਰੇ ਨਾਲ ਪਹਿਲਾਂ ਥਾਣੇ ਪਹੁੰਚ ਗਏ ਸੀ ਅਸੀਂ ਥਾਣੇ ਪਹੁੰਚੇ ਨਾਲ ਹੀ ਉਹਨੂੰ ਥਾਣੇ ਲੈਂਦਾ ਫਿਰ ਥਾਣੇ ਵਾਲਿਆਂ ਨੇ ਤੇ ਰਾਮਾ ਮੰਡੀ ਥਾਣਿਆਂ ਨੇ ਫੋਨ ਕੀਤਾ ਮੌਕੇ 'ਤੇ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਵਾ ਹੋਇਆ ਵਾ ਤੇ ਅਸੀਂ ਲਿੱਦੜਾ ਪੁਲਿਸ ਥੱਲੇ ਨੇ ਗਏ ਜਿੱਥੇ ਗੱਡੀ ਖੜੀ ਸੀ ਉੱਥੇ ਗਏ ਅਸੀਂ ਉੱਥੇ ਉਹਨਾਂ ਨੇ ਸਾਨੂੰ ਵੀ ਬੁਲਾਇਆ ਇਹਨੂੰ ਵੀ ਨਾਲ ਲਿਆਂਦਾ ਥਾਣੇ ਵਾਲਿਆਂ ਨੇ ਉੱਥੋਂ ਉਹਨਾਂ ਨੇ ਸਾਰਾ ਮੌਕੇ 'ਤੇ ਦੇਖ ਲਿਆ ਜੋ ਵੀ ਸੀਗਾ ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੋਦਰ ਚੌਂਕ ਲਾਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ ਉਹ ਵੀ ਕੰਪਲੇਂਟ ਅਸੀਂ ਇੱਕ ਨੰਬਰ ਦੂਜਾ ਨੰਬਰ ਇੱਕ ਦੇ ਵਿੱਚ ਉਹ ਵੀ ਲਿਖੀ ਹੋਈ ਆ ਪੈਂਡਿੰਗ ਪਈ ਆ ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਬੁਲਾਇਆ ਉਦੋਂ ਵੀ ਆਇਆ ਨਹੀਂ ਇਹ ਮਤਲਬ ਕਿ ਸਾਨੂੰ ਕਦੀ ਗਾਲਾਂ ਕੱਢਦਾ ਵਾ ਕਦੀ ਕੁਛ ਕਰਾਉਂਦਾ ਕਦੀ ਸਾਨੂੰ ਸ਼ੋਆਂ ਦੇ ਹਮਲੇ ਕਰਾਉਂਦਾ ਸਾਡੇ ਤੇ ਸਾਡੇ ਸ਼ੋਅ ਵੀ ਫੜਦਾ ਵਾ ਉਹਨਾਂ 'ਚ ਵੀ ਪੈਸੇ ਖਾ ਲੈਂਦਾ ਵਾ ਤੇ ਆ ਪਿੱਛੇ ਜੇ ਸਾਡੇ ਨਕੋਦਰ ਚੌਂਕ ਲਾਗੇ ਵੀ ਹਮਲਾ ਹੋਇਆ ਵਾ ਉਹ ਵੀ ਨਹੀਂ ਅਜੇ ਵੈਰੀਫਾਈ ਹੋਇਆ
ਠੀਕ ਆ, ਮੈਂ ਕਿ ਇਦਾਂ ਦੀਆਂ ਹਰਕਤਾਂ ਕਰਾਉਂਦਾ। ਇਹ ਕਹਿੰਦਾ ਪੁਲਿਸ ਨੂੰ, ਪੁਲਿਸ ਨੂੰ ਕਹਿੰਦਾ ਵੀ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ, ਸਾਡੀ ਗੱਡੀ 'ਚ ਹਿੱਟ ਹੋਈ ਸਾਡੀ ਗੱਡੀ ਵੀ ਟੁੱਟੂਗੀ, ਇਹਦੀ ਗੱਡੀ ਟੁੱਟੀ ਹੈ ਜੇ ਸਾਡੀ, ਇਹਦੀ ਗੱਡੀ ਦੇਖੋ ਕਿੰਨੀ ਡੈਮੇਜ ਹੋਈ ਹੈ, ਜੇ ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ ਸਾਡੀ ਵੀ ਗੱਡੀ ਵੀ ਟੁੱਟੂਗੀ ਨਾ, ਸਾਡੀ ਗੱਡੀ ਦੱਸੋ ਕਿੱਥੋਂ ਟੁੱਟੀ ਹੈ, ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਆ ਜਿਹੜੀ ਹੋਈ ਸੀਗੀ ਪਠਾਣ ਆਪਣੇ ਗੁਰੂ ਨਾਨਕ ਮਿਸ਼ਨ ਚੌਂਕ ਦੇ ਲਾਗੇ, ਉਹੀ ਗੱਡੀ ਸਾਡੀ ਹਿੱਟ ਹੋਈ ਪਈ ਆ, ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਨਾ ਅਸੀਂ ਗੱਡੀ 'ਚ ਹਿੱਟ ਕੀਤਾ ਨਾ ਵਾਸਤਾ, ਮੌਕੇ 'ਤੇ ਪੁਲਿਸ ਆਈ ਆ, ਪੁਲਿਸ ਨੇ ਲਿਆ ਕੇ ਥਾਣੇ ਹੁਣ ਰਿਕਵਰ ਕੀਤਾ, ਸਾਡੇ ਦੋ ਮੁੰਡੇ ਵੀ ਇੱਥੇ ਬਿਠਾਏ ਜਿਹੜੇ ਮੁੰਡਿਆਂ ਨੇ ਸਾਨੂੰ ਇਹਨਾਂ ਨੂੰ ਫੜਿਆ ਸੀਗਾ, ਦੋ ਮੁੰਡੇ ਸਾਡੇ ਆ, ਇਹ ਵੀ ਨਾਲ ਬਿਠਾਇਆ। ਹਾਂਜੀ ਦਰਖਾਸਤ ਦੇ ਦਿੱਤੀ ਅਸੀਂ। ਹਾਂਜੀ ਹੁਣ 2 ਸਾਲ ਤੋਂ ਕੁਛ ਵੀ ਮੈਂ ਬੋਲਿਆ ਵੀ ਨਹੀਂ, ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਛ ਹੈਗਾ ਠੀਕ ਆ, ਪਰ ਥੋੜ੍ਹੇ ਦਿਨਾਂ ਤੋਂ ਹੀ ਕੰਟੀਨਿਊਸਲੀ ਕਰ ਰਹੇ, ਕਦੀ ਕੁਛ ਕਦੀ ਕੁਛ, ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ, ਤਾਂ ਅੱਜ ਇਹਨਾਂ ਦੀ ਕਾਲ ਆਉਂਦੀ ਆ ਕਿ ਕਿੱਥੇ ਆ ਤੂੰ, ਮੈਂ ਕਿਹਾ ਮੈਂ ਫਲੋਰ, ਕਹਿੰਦੀ ਤੂੰ ਹੁਣੀ ਆਏਂਗਾ ਜਲੰਧਰ, ਉਹ ਭਾਅ ਜੀ ਪਰਿਵਾਰ ਬਚਾਉਣ ਲਈ ਪੰਕਜ ਭਾਅ ਜੀ ਕੌਣ ਨਹੀਂ ਕੁਛ ਕਰਦਾ, ਤੁਸੀਂ ਮੈਨੂੰ ਦੱਸੋ। ਹੁਣ ਇੱਕੋਦਮ ਕਾਲ ਆਈ, ਜੇ ਮੇਰੇ ਦਿਲ 'ਚ ਕੁਛ ਇੱਦਾਂ ਦਾ ਹੋਵੇ ਵੀ ਜੋਤੀ ਨੇ ਮੇਰੇ ਨਾਲ ਗਲਤ ਕਰਨਾ ਜਾਂ ਕੁਛ ਹੈ, ਤਾਂ ਮੈਂ ਇਕੱਲਾ ਕਦੀ ਵੀ ਨਾ ਆਉਂਦਾ ਭਾਅ ਜੀ, ਕਦੀ ਵੀ ਨਾ ਆਉਂਦਾ, ਮੈਂ ਫਿਰ ਵੀ ਸਭ ਕੁਛ ਭੁਲਾ ਕੇ ਮੈਂ ਆਇਆ। ਔਰ ਭਾਅ ਜੀ ਇਹਨੇ ਮੈਨੂੰ ਵਿਧੀਪੁਰ ਰੋਡ 'ਤੇ ਬੁਲਾਇਆ, ਫਲਾਈਓਵਰ ਦੇ ਕੋਲ ਸੁਨਮ ਸਾਂਝ, ਮੈਂ ਜਦੋਂ ਵਿਧੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ, ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ। ਔਰ ਭਾਅ ਜੀ ਮੈਂ ਪਿੱਛੋਂ ਹੀ ਜਿਹੜਾ ਵਿਧੀਪੁਰ ਵਾਲਾ ਡਿਵਾਈਡਰ ਆ ਨਾ, ਮੈਂ ਉੱਥੋਂ ਹੀ ਯੂ ਟਰਨ ਲੈ ਕੇ ਅਤੇ ਮੈਂ ਵਾਪਿਸ ਹੋਣ ਲੱਗਾ, ਅਤੇ 4 ਬੰਦੇ ਇਹਨਾਂ ਨੇ I-20 ਗੱਡੀ ਦੇ ਵਿੱਚ ਖੜ੍ਹੇ ਕੀਤੇ ਹੋਏ, ਉਹ ਚੋਰ ਚੱਕੇ ਜੇ ਜਿਹੜੇ ਅੰਨ ਹਾਲੇ ਲਈ ਫਿਰਦੇ, ਕੋਈ ਫੀਮ ਵੇਚਣ ਵਾਲਾ, ਕੋਈ ਕੁਛ ਵੇਚਣ ਵਾਲਾ, ਸਭ ਮਤਲਬ ਸਭ ਦਾ ਹੁਣ ਹੋਊਗਾ ਨਵੇੜਾ, ਇੱਦਾਂ ਨਹੀਂ ਜਾਂਦੇ ਹੁਣ ਇਹ। ਅਤੇ ਉਹ ਬੰਦਿਆਂ ਨੇ ਨਾ ਮੇਰਾ ਇੱਦਾਂ ਕਾਰ ਰੋਕ ਕੇ, 4 ਜਣਿਆਂ ਨੇ ਮੇਰਾ ਕੜਾ ਫੜਿਆ, ਆਹ ਦੇਖੋ ਕੜਾ ਫੜਿਆ, ਅਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ CA ਸਟਾਫ ਤੋਂ ਹਾਂ, ਅਤੇ 4 ਨੇ ਪਿਸਟਲਾਂ ਰੱਖ ਦਿੱਤੀਆਂ ਮੇਰੇ 'ਤੇ। ਮੈਂ ਉੱਥੋਂ ਭਾਅ ਜੀ ਕੜਾ ਕਿਸੇ ਤਰ੍ਹਾਂ ਛਡਾ ਕੇ, ਮੇਰੇ ਗੁੱਟ ਵੀ ਛਿੱਲਿਆ ਗਿਆ ਸਾਰਾ, ਅਤੇ ਮੈਂ ਗੱਡੀ ਨਠਾਈ, ਮੈਂ ਗੱਡੀ ਨਠਾਈ। ਇਹਨਾਂ ਨੇ ਭਾਅ ਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ, ਉੱਥੋਂ ਫੋਰਚੂਨਰਾਂ ਵੀ ਰਲ ਗਈਆਂ ਅਤੇ I-20 ਵੀ ਰਲ ਗਈ, ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ। ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ, ਵਿਧੀਪੁਰ ਤੋਂ ਲੈ ਕੇ ਅਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁੱਲ ਟੱਪ ਗਏ ਸੀ ਅਸੀਂ, ਹੁਸ਼ਿਆਰ ਪਠਾਨਕੋਟ 'ਚੋਂ ਵੀ ਟੱਪ ਗਏ ਸੀ ਅਸੀਂ, ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ, ਜਦੋਂ ਇਹਨਾਂ ਨੇ ਹੁਸ਼ਿਆਰ ਪਠਾਨਕੋਟ ਚੌਂਕ ਟੱਪਦੇ ਮੇਰੇ 'ਚ ਗੱਡੀ ਮਾਰੀ ਨਾ, ਅਤੇ ਟਾਇਰ ਸਾਰਾ ਬਲਾਸਟ ਹੋ ਗਿਆ, ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਗਿਆ ਰਿਮ ਦੇ ਉੱਪਰ ਹੀ। ਇਹਨਾਂ ਨੇ ਭਾਅ ਜੀ ਉੱਥੇ ਜਿੱਥੇ ਮੇਰੀ ਗੱਡੀ ਰੁਕ ਗਈ, ਇਹਨਾਂ ਨੇ 3 ਗੱਡੀਆਂ ਰੋਕੀਆਂ ਆਪਣੀਆਂ, ਜੋਤੀ ਨੂਰਾਂ ਜੀ ਆ ਵਿੱਚ, ਅਵਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾਂ ਨੇ ਬਣਾਇਆ ਹੋਇਆ, ਉਸਮਾਨ, ਸਭ ਝੂਠ, ਸਭ ਝੂਠ, ਇਹਦੇ ਸਾਰੇ ਕੰਮ ਝੂਠ ਕੁੜੀ ਦੇ, ਅਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼, 10-10 ਜਾਣੇ, 8-8 ਜਾਣੇ, ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ, ਵਕਤ ਤੁਹਾਨੂੰ ਹੁਣ ਦੱਸੂਗਾ। ਤੁਹਾਨੂੰ ਮੈਂ 2 ਸਾਲਾਂ ਤੋਂ ਕੁਛ ਨਹੀਂ ਕਿਹਾ, ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ, ਇਲਜ਼ਾਮ ਦੂਜਿਆਂ 'ਤੇ ਲਾਉਂਦੇ ਹੋ ਨਾ, ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸਾਲਿਓ ਰੱਬ ਨੂੰ ਮੰਨਣ ਵਾਲਾ ਨਹੀਂ, ਆ ਵਿੱਚੇ ਹੀ ਆ ਤੁਹਾਡੀ ਜੋਤੀ ਨੂਰਾਂ ਵੀ, ਹੁਣ ਨਹੀਂ ਮੈਂ ਡਰਦਾ ਜੋਤੀ ਨੂਰਾਂ ਤੇਰੇ ਤੋਂ। ਭਾਅ ਜੀ ਜਦੋਂ ਗੱਡੀ ਉੱਥੇ ਮੇਰੀ ਰੁਕ ਗਈ ਬਲਾਸਟ ਹੋਣ ਤੋਂ ਬਾਅਦ, ਟਾਇਰ ਬਲਾਸਟ ਹੋ ਗਏ, ਉੱਥੋਂ ਇਹਨਾਂ ਨੇ 8 ਜਾਣਿਆਂ ਨੇ ਮੈਨੂੰ ਇੰਨਾ ਕੁ ਕੁੱਟਿਆ ਭਾਅ ਜੀ, ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ, ਮਾਰ ਕੇ ਇਹਨਾਂ ਨੇ ਆਪਣੇ ਵੱਲੋਂ 8-9 ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ I-20 ਉਹ 'ਚ ਚੱਕ ਕੇ ਸਿੱਟ ਲਿਆ। ਔਰ ਜਦੋਂ ਭਾਅ ਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਹ 'ਤੇ ਲੈ ਕੇ ਚੱਲਦੇ ਇਹਨੂੰ, ਇੱਧਰ ਲੈ ਕੇ ਚੱਲਦੇ ਇਹਨੂੰ, ਅਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ, ਉੱਧਰੋਂ PCR ਦੀ ਗੱਡੀ ਆ ਗਈ, ਕੁਦਰਤੀ ਜਿੱਦਾਂ ਮੇਰੀ ਕਿਸਮਤ ਜਾਂ ਸੰਗਤ ਦੀਆਂ ਦੁਆਵਾਂ, ਉਹ PCR ਦੀ ਗੱਡੀ ਆਉਂਦੀ ਦੇਖ ਕੇ ਨਾ ਭਾਅ ਜੀ ਇਹਨਾਂ ਦਾ ਦਿਮਾਗ ਟਨਕ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ
ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ। ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਛ ਨਹੀਂ ਪਤਾ ਲੱਗਣ ਦੇਣਾ ਸੀ। ਇਹਨਾਂ ਨੇ ਉਸੀ ਟਾਈਮ ਗੱਡੀ ਵਿਧੀਪੁਰਾ ਵੱਲੋਂ ਵਾਪਿਸ ਲੈ ਕੇ ਤੇ ਮਕਸੂਦਾਂ ਥਾਣੇ 'ਚ ਲਿਆ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀ ਸੀ ਆਰ ਦੇਖ ਚੁੱਕੇ ਆ। ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਛ ਕਰਦੇ ਪਏ ਹੋ ਨਾ, ਮੈਨੂੰ ਤਾਂ ਕੋਈ ਗੱਲ ਨਹੀਂ, ਮੈਨੂੰ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਉਣੀ ਵੀ ਨਹੀਂ ਆ। ਤੁਸੀਂ ਬਹੁਤ 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 ਟਰਾਈਆਂ ਕੀਤੀਆਂ, ਮੈਂ ਕੁਛ ਨਹੀਂ ਬੋਲਿਆ, ਤੂੰ ਬਹੁਤ ਕੁਛ ਬੋਲੀ ਜੋਤੀ, ਬਹੁਤ ਕੁਛ ਬੋਲੀ ਤੂੰ। ਰਾਮਾ ਮੰਡੀ ਥਾਣੇ 'ਚ ਭਾਜੀ ਪਹਿਲਾਂ ਇਹ ਮੈਨੂੰ ਮਕਸੂਦਾਂ ਲੈ ਗਏ ਨਾ ਚੱਕ ਕੇ, ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਖਿਸੜਕੀ ਸੜਕੇ ਆ ਗਈ ਸੀ ਨਾ, ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਡੀ ਦੇ ਵਿੱਚ। ਹੁਣ ਮੈਂ ਬਿਆਨ ਦਿੱਤੇ ਨੇ, ਮੈਂ MLR ਕਟਵਾਉਣ ਲੱਗਾ ਹਾਂ। ਤੇ ਭਾਜੀ ਬਾਕੀ ਸੰਗਤ ਤੁਹਾਨੂੰ ਸਾਰਾ ਕੁਛ ਪਤਾ ਹੈ, ਕੌਣ ਝੂਠ ਹੈ ਕੌਣ ਸੱਚ ਹੈ। ਤੇ ਔਰ ਮੈਂ ਇੱਕੋ ਚੀਜ਼ ਕਹਿਣਾ ਚਾਹੂੰਗਾ, ਜਿਹੜਾ ਜੋ ਕੋਈ ਗਾਉਂਦਾ ਪਿਆ ਨਾ ਉਹ ਦਿਲ ਤੋਂ ਹੈ ਨਹੀਂ। ਔਰ ਮੈਂ ਕਲਾਕਾਰ ਭਰਾ ਫਕੀਰ ਭਰਾ ਬਹੁਤ ਜਲਦੀ ਤੁਹਾਡੇ ਮੂਹਰੇ ਬਹੁਤ ਕੁਛ ਏਦਾਂ ਦਾ ਲੈ ਕੇ ਆਊਂਗਾ ਕਿ ਸ਼ਾਇਦ ਮੁੜ ਕੇ ਤੁਸੀਂ ਸ਼ਕਲ ਵੀ ਨਾ ਦੇਖੋ ਕਿਸੇ ਦੀ। ਇਹ ਸਭ ਗੱਲਾਂ ਹੀ ਨੇ, ਸਭ ਗੱਲਾਂ ਹੀ ਨੇ। ਜਿਹੜੇ ਸੱਚੀ ਦੇ ਸੂਫੀ ਹੋਏ ਨੇ ਨਾ, ਉਹਨਾਂ ਨੇ ਕੀੜੀਆਂ ਵੀ ਨਹੀਂ ਮਾਰੀਆਂ, ਕਦੀ ਕੀੜੀ ਨੂੰ ਵੀ ਨਹੀਂ ਨੁਕਸਾਨ ਹੋਣ ਦਿੱਤਾ। ਇਹ ਤਾਂ ਦਿਲਾਂ ਨਾਲ ਖੇਡਦੇ ਫਿਰਦੇ ਨੇ ਰੱਬ। ਮੈਂ ਜੀ ASI ਜਰਮਨਜੀਤ, ਥਾਣਾ ਰਾਮਾ ਮੰਡੀ ਤੋਂ। ਇੱਕ PCR ਦਾ ਫੋਨ ਆਇਆ, PCR ਟੀਮ ਦਾ, ਤੇ ਇੱਕ ਨਾ ਕਨਾਲ ਪਾਸੀ ਸਿੰਗਰ ਆ ਜਿਹੜੇ, ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈਓਵਰ ਤੇ, ਉੱਥੇ ਮਤਲਬ 3-4 ਲੜਕੇ ਆਖਣ ਡੇ ਵੀ ਗੱਡੀ ਦੇ ਵਿੱਚ ਮਤਲਬ ਘੇਰ ਕੇ ਕੁੱਟਮਾਰ ਕਰ ਰਹੇ ਆ। ਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਤੇ ਉੱਥੇ ਉਹ ਦੋਵੇਂ ਧਿਰਾਂ ਨੂੰ ਮਿਲ ਗਈਆਂ ਅਸੀਂ, ਕਨਾਲ ਪਾਸੀ ਤੇ ਉਹਦੀ ਜਿਹੜੀ ਪਹਿਲਾਂ ਵਾਈਫ ਜੋਤੀ ਨੂਰਾ, ਤੇ ਇਹ ਦੋਵਾਂ ਧਿਰਾਂ ਨੇ ਸਾਨੂੰ ਦਰਖਾਸਤਾਂ ਦੇ ਦਿੱਤੀਆਂ ਤੇ ਜੋ ਵੀ ਇਹਦੀ ਬਣਦੀ ਕਾਰਵਾਈ ਉਹ ਅਮਲ 'ਚ ਲਿਆਂਦੀ। ਕਨਾਲ ਪਾਸੀ ਵੱਲੋਂ ਇਹੋ ਵੀ ਮੈਨੂੰ ਇਹਨਾਂ ਨੇ ਬੁਲਾ ਕੇ ਇੱਥੇ ਵਿਧੀਪੁਰ ਕੋਲ, ਤੇ ਇਹਨਾਂ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਮੇਰੀ ਗੱਡੀ ਨੂੰ ਹਿੱਟ ਕੀਤਾ। ਜੋਤੀ ਨੂਰਾ ਵੱਲੋਂ ਵੀ ਇਹੋ ਹੈ ਵੀ ਮੈਨੂੰ ਇਹਨਾਂ ਨੇ ਬੁਲਾਇਆ ਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ ਤੇ ਅਪਲੋਡ ਕਰਨ ਦੀ। ਇਹ ਦੋਵਾਂ ਤਰ੍ਹਾਂ ਦੀ ਦਰਖਾਸਤਾਂ ਆ ਗਈਆਂ ਤੇ ਕਨਾਲ ਪਾਸੀ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ, ਜੋ ਵੀ ਕਾਰਵਾਈ ਆ ਉਸ ਤਰ੍ਹਾਂ ਧਿਆਨ ਚ ਲਿਆ ਕੇ ਆਉਣ ਚ ਲਿਆਂਦੀ।